ਹੁਸ਼ਿਆਰਪੁਰ ਦੇ ਮੁਹੱਲਾ ਸ਼ੰਕਰ ਨਗਰ 'ਚ ਰਹਿਣ ਵਾਲੇ ਸੁਰਜੀਤ ਸਿੰਘ ਨੇ ਹੁਸ਼ਿਆਰਪੁਰ ਕੋਰਟ ਰੋਡ 'ਤੇ ਸਥਿਤ ਐਕਸਿਸ ਬੈਂਕ 'ਤੇ ਠੱਗੀ ਕਰਨ ਦਾ ਦੋਸ਼ ਲਗਾਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜਤ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਤਕਰੀਬਨ 1.5 ਸਾਲ ਪਹਿਲਾਂ ਐਕਸਿਸ ਬੈਂਕ 'ਚ 3,80,000 ਰੁਪਏ ਦੀ ਮਿਊਚੁਅਲ FD ਕਰਵਾਈ ਗਈ ਸੀ ਅਤੇ ਜਨਵਰੀ 2020 ਵਿੱਚ ਉਸ ਦੀ ਰਕਮ 4,27,000 ਰੁਪਏ ਤੱਕ ਪਹੁੰਚ ਗਈ ਸੀ, ਪਰੰਤੂ ਬੈਂਕ ਪ੍ਰਬੰਧਕਾਂ ਦੇ ਕਹਿਣ 'ਤੇ ਉਸ ਵੱਲੋਂ ਉਕਤ ਰਾਸ਼ੀ ਨੂੰ ਬੈਂਕ ਵਿੱਚ ਹੀ ਰਹਿਣ ਦਿੱਤਾ ਗਿਆ। ਸੁਰਜੀਤ ਸਿੰਘ ਨੇ ਦੱਸਿਆ ਕਿ 7 ਮਾਰਚ ਨੂੰ ਜਦੋਂ ਉਸ ਵੱਲੋਂ ਦੁਬਾਰਾ ਆਪਣੀ ਰਾਸ਼ੀ ਕਢਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਸਮੇਂ ਉਸ ਦੀ ਰਾਸ਼ੀ 4,27,000 ਤੋਂ ਘੱਟ ਕੇ 3,90,000 ਰੁਪਏ ਹੋ ਗਈ। ਉਸਨੇ ਦੱਸਿਆ ਕਿ ਜਦੋਂ ਉਸ ਵੱਲੋਂ ਰਾਸ਼ੀ ਕਢਵਾਉਣ ਦੀ ਗੱਲ ਕਹਿ ਦਿੱਤੀ ਗਈ ਤਾਂ ਬੈਂਕ ਕਰਮਚਾਰੀਆਂ ਵੱਲੋਂ ਉਸਨੂੰ ਫੋਨ 'ਤੇ ਦੱਸਿਆ ਗਿਆ ਕਿ ਉਸਦੀ ਰਕਮ ਘੱਟ ਕੇ 3,74,000 ਰੁਪਏ ਰਹਿ ਗਈ ਹੈ, ਜੋ ਕਿ ਉਸਦੀ ਪ੍ਰਿੰਸੀਪਲ ਅਮਾਊਂਟ ਤੋਂ ਵੀ ਘੱਟ ਹੈ। ਉਸਨੇ ਦੱਸਿਆ ਕਿ ਜਦੋਂ ਇਸ ਸੰਬੰਧੀ ਉਸ ਵੱਲੋਂ ਬੈਂਕ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਇਸ ਦਾ ਕਾਰਨ ਕੋਰੋਨਾ ਵਾਇਰਸ ਕਾਰਨ ਮਾਰਕੀਟ 'ਚ ਆਈ ਮੰਦੀ ਨੂੰ ਦੱਸਿਆ ਗਿਆ। ਇਸ ਸੰਬੰਧੀ ਜਦੋਂ ਬੈਂਕ ਮੈਨੇਜਰ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਕੈਮਰੇ ਸਾਹਮਣੇ ਆਉਣ ਤੋਂ ਸਾਫ਼ ਤੌਰ 'ਤੇ ਇਨਕਾਰ ਕਰ ਦਿੱਤਾ ਗਿਆ। ਹੁਸ਼ਿਆਰਪੁਰ ਤੋਂ ਗੋਵਿੰਦਜੀਤ ਸਿੰਘ ਅਤੇ ਚੇਤਨ ਕਸ਼ਯਪ ਦੀ ਰਿਪੋਰਟ। ਮੇਰਾ ਨਾਮ ਸੁਰਜੀਤ ਸਿੰਘ ਹੈ ਜੀ। ਕੀ ਮਾਮਲਾ ਸਰ? ਅੱਜ ਇਹ ਮਾਮਲਾ ਹੈਗਾ ਜੀ, ਮੈਂ 2018 ਦੇ ਵਿੱਚ ਐਕਸਿਸ ਬੈਂਕ ਦੇ ਵਿੱਚ FD ਕਰਾਉਣ ਗਿਆ ਸੀਗਾ ਤੇ ਉੱਥੇ ਉਹਨਾਂ ਨੇ FD ਕੀਤੀ ਤੇ ਉਹਨਾਂ ਨੇ ਇਹਨੂੰ ਕਿਹਾ ਕਿ ਜਿਹੜੇ FD ਹੈ ਤੁਹਾਡੀ ਸਿਕਿਓਰ ਹੋਊਗੀ, ਤਾਂ ਇਹਨੂੰ ਉਹਨਾਂ ਨੇ ਮਿਊਚੁਅਲ ਫੰਡ ਦੇ ਵਿੱਚ ਲਾਇਆ। ਉਹਨਾਂ ਦੇ ਕਹਿਣ ਦੇ ਉੱਤੇ ਅਸੀਂ ਇਹਨਾਂ ਨੂੰ ਮਿਊਚੁਅਲ ਫੰਡ ਦੇ ਵਿੱਚ ਲਾਇਆ। ਉਹਨਾਂ ਨੇ ਕਿਹਾ ਕਿ 2 ਤਰ੍ਹਾਂ ਦੇ ਫੰਡ ਹੁੰਦੇ ਆ, ਇੱਕ ਫੰਡ ਉਹ ਹੁੰਦਾ ਜਿਹਦੇ ਵਿੱਚ ਸਿਕਿਓਰ ਨਹੀਂ ਹੁੰਦੇ, ਤਾਂ ਇੱਕ ਉਹ ਹੁੰਦੇ ਫੰਡ ਜਿਨ੍ਹਾਂ ਦੇ ਵਿੱਚ ਜਿਹੜੇ ਤੁਹਾਡੇ ਫੰਡ ਆ ਉਹ ਸਿਕਿਓਰ ਹੁੰਦੇ ਆ। ਤੇ ਇਹਨਾਂ ਦੇ ਕੋਲੋਂ ਦੁਬਾਰਾ ਅਸੀਂ ਜਾਣਕਾਰੀ ਲਈ ਕਿ ਹਾਂ ਇਹ ਜਿਹੜੇ ਸਾਡੇ ਫੰਡ ਆ ਇਹ ਸਿਕਿਓਰ ਆ, ਇਹ ਪ੍ਰਿੰਸੀਪਲ ਅਮਾਊਂਟ ਤੋਂ ਘਟਣਗੇ ਕਿ ਨਹੀਂ। ਇਹਨਾਂ ਨੇ ਉਸ ਵੇਲੇ ਕਿਹਾ ਨਹੀਂ, ਜੋ ਫੰਡ ਇਹਦੇ ਵਿੱਚ ਜਮ੍ਹਾਂ ਵੀ ਹੁੰਦੇ ਰਹਿਣਗੇ ਨਾ ਉਹ ਇਹਦੇ ਵਿੱਚ ਜੁੜੇ ਰਹੋਗੇ, ਉਹ ਤੋਂ ਪ੍ਰਿੰਸੀਪਲ ਅਮਾਊਂਟ ਤੋਂ ਨਹੀਂ ਘਟੂਗੇ। ਕਿੰਨੇ ਦੀ FD ਸੀ ਤੁਹਾਡੀ? FD ਸੀਗੀ ਜੀ ਮੇਰੀ 83 ਦੀ, ਤੇ ਉਸ ਤੋਂ ਬਾਅਦ ਦੇ ਵਿੱਚ ਜਿਸ ਵੇਲੇ ਇਹ ਪੂਰੀ ਹੋਈ ਹੈ ਜੀ 11 ਤਰੀਕ ਪਹਿਲਾ ਮਹੀਨਾ 2020 ਨੂੰ, ਉਦਣ ਅਸੀਂ ਜਿਸ ਵੇਲੇ ਇਹਨਾਂ ਦੇ ਕੋਲ ਪਤਾ ਕਰਨ ਗਏ ਤਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਤੁਹਾਡੀ ਜਿਹੜੀ FD ਆ ਉਹ 4,27,000 ਰੁਪਇਆ ਹੋ ਗਿਆ, ਤਾਂ ਇਹਨੂੰ ਤੁਸੀਂ ਗਰੋਥ ਵਧੀਆ ਮਿਲ ਰਹੀ ਆ ਤੇ ਤੁਸੀਂ ਇਹਨੂੰ 6 ਮਹੀਨੇ ਹੋਰ ਰੱਖ ਲਓ ਜੇ ਤੁਹਾਨੂੰ ਪੈਸੇ ਨਹੀਂ ਚਾਹੀਦੇ ਤਾਂ। ਅਸੀਂ ਕਿਹਾ ਚਲੋ ਠੀਕ ਹੈ, ਸਾਨੂੰ ਹਜੇ ਜ਼ਰੂਰਤ ਨਹੀਂ ਹੈਗੀ, ਜਿਸ ਵੇਲੇ ਸਾਨੂੰ ਚਾਹੀਦੇ ਹੋਏ ਕਢਾ ਲਵਾਂਗੇ, ਤੇ ਇਹਨੂੰ ਕਹਿੰਦੇ ਤੁਸੀਂ ਐਜ਼ ਇਟ ਇਜ਼ ਹੀ ਰਹਿਣ ਦਿਓ, ਉਹਦੇ ਲਈ ਕੁਛ ਕਰਨ ਦੀ ਲੋੜ ਨਹੀਂ ਆ। ਤੇ ਉਸ ਤੋਂ ਬਾਅਦ ਜਿਸ ਵੇਲੇ ਹੁਣ ਅਸੀਂ ਦੇਖਿਆ ਤੇ ਸਾਨੂੰ ਜ਼ਰੂਰਤ ਸੀਗੀ ਤਾਂ ਅਸੀਂ ਇਹਨਾਂ ਦੇ ਕੋਲ ਕਢਾਉਣ ਵਾਸਤੇ ਆਏ, ਦੇਖਿਆ ਤਾਂ ਇਹਨਾਂ ਨੇ ਸਾਨੂੰ ਕਿਹਾ ਕਿ ਤੁਹਾਡੀ ਜਿਹੜੀ ਅਮਾਊਂਟ ਆ ਉਹ 3,90,000 ਰਹਿ ਗਈ ਆ, ਤਾਂ ਉਹਦੇ ਵਿੱਚੋਂ 4,27,000 ਦੇ ਵਿੱਚੋਂ 3,90,000 ਰਹਿ ਗਈ ਆ। ਤੇ ਉਦਣ 9 ਤਰੀਕ ਸੀਗੀ ਤੇ 10 ਤਰੀਕ ਨੂੰ ਸੀਗੀ ਛੁੱਟੀ ਹੋਲੀ ਦੀ, ਤੇ 11 ਤਰੀਕ ਨੂੰ ਅਸੀਂ ਕਿਹਾ ਸਵੇਰੇ ਚਲੋ ਹੋਰ ਨਾ ਪੈਸੇ ਕੱਟ ਜਾਣਾ ਕਿ ਅਸੀਂ 11 ਤਰੀਕ ਨੂੰ ਕਢਾ ਲੈਂਦੇ ਹਾਂ। ਅੱਜ ਅਸੀਂ ਸਵੇਰੇ ਜਿਸ ਵੇਲੇ ਇਹਨਾਂ ਦੇ ਕੋਲ ਗਏ ਆ ਤੇ ਇਹਨਾਂ ਨੇ ਕਿਹਾ ਠੀਕ ਹੈ 3,90,000 ਦੀ ਸਾਡੀ ਉਦਣ ਦੀ ਸੀਗੀ ਤੇ ਅਸੀਂ ਕੱਢ ਦਿੰਦੇ, ਅਸੀਂ ਇਹਨਾਂ ਨੂੰ ਆਪਣਾ ਫਾਰਮ ਸਾਈਨ ਕਰਕੇ ਦਿੱਤਾ ਤਾਂ ਇਹਨਾਂ ਨੇ ਸਾਡੇ ਉਹ ਪ੍ਰੋਸੈਸ ਦੇ ਵਿੱਚ ਪਾ ਦਿੱਤਾ। ਬਾਅਦ ਦੇ ਵਿੱਚ ਮੈਨੂੰ ਕੁੜੀ ਦਾ ਫੋਨ ਆਇਆ ਕਿ ਭਾਜੀ ਤੁਹਾਡੀ ਜਿਹੜੀ ਅਮਾਊਂਟ ਆ ਉਹ 3,90,000 ਨਹੀਂ ਹੈਗੀ, 3,74,000 ਆ, ਤੇ ਉਹ ਮੇਰੀ ਪ੍ਰਿੰਸੀਪਲ ਅਮਾਊਂਟ ਤੋਂ ਵੀ ਉਹ ਡਾਊਨ ਆ, ਯਾਨੀ ਕਿ ਮੇਰੀ 3,80,000 ਦਾ ਅਸੀਂ ਜਮ੍ਹਾਂ ਕਰਵਾਈ ਸੀ ਅੱਜ ਤੋਂ 1.5 ਸਾਲ ਪਹਿਲਾਂ, ਤੇ ਉਹ ਜਿਹੜੀ ਆ ਉਹ ਹੁਣ 3,90,000 ਤੋਂ ਵੀ ਘੱਟ ਕੇ 3,74,000 ਮੈਨੂੰ, 80 ਤੋਂ ਵੀ ਮੈਨੂੰ ਜਿਹੜੇ ਆ ਘੱਟ ਗਏ। ਉੱਚ ਅਧਿਕਾਰੀ ਨਾਲ ਗੱਲ ਕੀਤੀ? ਉੱਚ ਅਧਿਕਾਰੀ ਨਾਲ ਗੱਲ ਕੀਤੀ ਜੀ, ਬੈਂਕ ਮੈਨੇਜਰ ਸਾਹਿਬ ਨਾਲ ਗੱਲ ਕੀਤੀ ਹੈ। ਬੈਂਕ ਮੈਨੇਜਰ ਸਾਹਿਬ ਨੇ ਕਿਹਾ ਜੀ ਇਹਨੂੰ ਤੁਸੀਂ ਉਦਣ ਵੀ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇਹਨਾਂ ਨੂੰ ਪੈਸਿਆਂ ਨੂੰ ਘਟਾਉਣ ਦੀ ਲੋੜ ਨਹੀਂ ਆ, ਜਿੱਦਣ 9 ਤਰੀਕ ਨੂੰ ਮੈਂ ਇਹਨਾਂ ਨੂੰ ਮਿਲਿਆ ਤੇ ਇਹਨਾਂ ਨੂੰ ਤੁਸੀਂ ਪਏ ਰਹਿਣ ਦਿਓ। ਇਹ ਮੈਂ ਕਿਹਾ ਵੀ ਜੀ ਮੈਂ ਜੀ ਇਹਨਾਂ ਨੂੰ ਕਢਾਉਣਾ ਆ, ਕਿਉਂਕਿ ਜੇ ਇਹ ਹੋਰ ਘੱਟ ਗਏ ਤਾਂ ਤੁਸੀਂ ਇਹਦੀ ਜ਼ਿੰਮੇਵਾਰੀ ਲੈਂਦੇ ਆ। ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਇਹਦੀ ਜ਼ਿੰਮੇਵਾਰੀ ਤਾਂ ਨਹੀਂ ਲੈਂਦੇ, ਤੇ ਅੱਜ ਜਿਸ ਵੇਲੇ ਹੋਇਆ ਅੱਜ ਵੀ ਉਹਨਾਂ ਨੇ ਇਹ ਕਿਹਾ ਕਿ ਇਹਨੂੰ ਤੁਸੀਂ ਇੰਨੀ ਛੇਤੀ ਕਢਾਓ ਨਾ, ਵੀ ਜਦ ਸਾਡੀ ਅਮਾਊਂਟ ਹੀ ਘਟੀ ਜਾਂਦੀ ਤੁਸੀਂ ਸਾਡੀ ਪ੍ਰਿੰਸੀਪਲ ਅਮਾਊਂਟ ਵੀ ਸਾਡੀ ਉਹਦੀ ਘਟ ਆ, ਤਾਂ ਉਹਦੇ ਵਿੱਚ ਇਹਦਾ ਜਿਹੜਾ ਕਾਰਨ ਆ ਉਹ ਇਹ ਦੱਸਦੇ ਕਿ ਇਹ
ਜਿਹੜੀ ਹੈਗੀ ਆ ਇਹ ਤੁਹਾਡੇ ਜਿਹੜਾ ਮਾਰਕੀਟ ਦੇ ਵਿੱਚ ਤੁਹਾਡੀ ਜਿਹੜੀ ਡਾਊਨ ਹੋਈ ਆ ਭਾਰਤ ਦੀ ਮਾਰਕੀਟ ਉਹਦੇ ਨਾਲ ਇਹਦੇ ਤੇ ਅਸਰ ਪਿਆ ਤੇ ਉਹ ਅਸਰ ਜਿਹੜਾ ਕਰੋਨਾ ਦੇ ਨਾਲ ਪਿਆ ਜੇ ਕੋਈ ਕਰੋਨਾ ਕਰਕੇ ਮਾਰਕੀਟ ਡਾਊਨ ਹੋਈ ਆ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੀਆਂ ਯੈਸ ਬੈਂਕ ਡੁੱਬੀ ਆ ਜਾਂ ਪੰਜਾਬ ਐਂਡ ਮਹਾਰਾਸ਼ਟਰਾ ਬੈਂਕ ਡੁੱਬੀ ਆ ਜਾਂ ਹੋਰ ਬੈਂਕਾਂ ਡੁੱਬਣ ਜਾ ਰਹੀਆਂ ਜਿਨ੍ਹਾਂ ਦੇ ਵਿੱਚੋਂ ਲੋਕਾਂ ਨੂੰ ਕਰੋੜਾਂ ਰੁਪਏ ਦਾ ਬਿਨਾਂ ਮਤਲਬ ਤੋਂ ਲੋਨ ਦਿੱਤਾ ਗਿਆ ਉਹਦੇ ਵਿੱਚ ਕੋਈ ਨਹੀਂ ਸਿਰਫ ਕਰੋਨਾ ਵਾਇਰਸ ਕਰਕੇ ਤੇ ਮਾਰਕੀਟ ਡੁੱਬਣ ਦਾ ਸਹਾਰਾ ਲੈ ਕੇ ਮੇਰਾ 9 ਤਰੀਕ ਤੋਂ ਲੈ ਕੇ 11 ਤਰੀਕ ਤੱਕ ਇਹਨਾਂ ਨੇ 16,000 ਰੁਪਇਆ ਹੋਰ ਘਟਾਤਾ ਕਿ ਕਸਟਮਰ ਨੂੰ ਨਹੀਂ ਪਤਾ ਹੁੰਦਾ ਕਿਸੇ ਵੀ ਗੱਲ ਦਾ ਇਹ ਲੋਕ ਜਿਹੜੇ ਆ ਇਹਨਾਂ ਦੇ ਜਿਹੜੇ ਇੰਪਲਾਈ ਆ ਉਹ ਪ੍ਰੈਸ਼ਰਾਈਜ਼ ਕਰਦੇ ਕਿ ਤੁਸੀਂ ਮਿਊਚੁਅਲ ਫੰਡ ਦੇ ਵਿੱਚ ਹੀ ਲਗਾਓ ਜਦਕਿ ਆਦਮੀ ਨੇ ਭਾਵੇਂ ਲਗਾਉਣੇ ਹੋਣ ਚਾਹੇ ਨਾ ਲਗਾਉਣੇ ਹੋਣ ਇਹ ਪ੍ਰੈਸ਼ਰਾਈਜ਼ ਕਰਕੇ ਉਹਨੂੰ ਮਿਊਚੁਅਲ ਫੰਡ ਦੇ ਵਿੱਚ ਲਵਾਉਂਦੇ ਆ ਵੀ ਉੱਥੇ ਗਰੋਥ ਵਧੀਆ ਮਿਲੂਗੀ ਤੇ ਜਿਸ ਵੇਲੇ ਉਹ ਏਦਾਂ ਘਟਦੇ ਆ ਤਾਂ ਉਸ ਵੇਲੇ ਫਿਰ ਇਹ ਜ਼ਿੰਮੇਵਾਰੀ ਚੱਕਣ ਤੋਂ ਜਿਹੜੇ ਉੱਥੋਂ ਭੱਜ ਜਾਂਦੇ ਆ ਮੈਨੇਜਰ ਸਾਹਿਬ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਇਹਨੂੰ ਪੈਸੇ ਨੂੰ ਜਿਹੜਾ ਹਜੇ ਲੱਗਾ ਰਹਿਣ ਦਿਓ ਇਹਨੂੰ ਨਾ ਕਢਾਓ ਲੇਕਿਨ ਮੈਂ ਉਹ ਜਿਹੜੇ ਆ ਪੈਸੇ ਕਢਾ ਲਿਆ ਵਿੱਚੋਂ ਇਹਨਾਂ ਉਹ ਕਹਿੰਦੇ ਕਿ 3 ਦਿਨ ਬਾਅਦ ਤੁਹਾਡੇ ਖਾਤੇ ਦੇ ਵਿੱਚ ਆਉਗੇ ਲੋਕਾਂ ਨੂੰ ਇਹੀ ਸਲਾਹ ਦੇਣਾ ਚਾਹੁੰਗਾ ਕਿ ਜੋ ਮੌਜੂਦਾ ਹਾਲਾਤ ਆ ਇਹਦੇ ਵਿੱਚ ਬਹੁਤ ਮਾੜੇ ਹਾਲਾਤ ਇਸ ਟਾਈਮ ਚੱਲ ਰਹੇ ਕਿਉਂਕਿ ਲੋਕਾਂ ਦੇ ਬੈਂਕਾਂ ਦੇ ਵਿੱਚ ਪਏ ਵੀ ਪੈਸੇ ਸੁਰੱਖਿਅਤ ਨਹੀਂ ਹੈਗੇ ਤੇ ਇਸ ਤੋਂ ਇਲਾਵਾ ਤਾਂ ਹੋਰ ਕੁਝ ਹੋ ਹੀ ਨਹੀਂ ਸਕਦਾ ਜਿਹੜੀਆਂ ਬੈਂਕਾਂ ਡੁੱਬ ਰਹੀਆਂ ਆ ਲੋਕਾਂ ਦੇ ਪੈਸੇ ਬੈਂਕਾਂ ਦੇ ਵਿੱਚ ਪਏ ਆ ਜਾਂ ਮਿਊਚੁਅਲ ਫੰਡ ਦੇ ਵਿੱਚ ਮਾਰਕੀਟ ਚ ਲੱਗੇ ਇਹ ਪੈਸਾ ਕਿਸੇ ਅਮੀਰ ਦਾ ਨਹੀਂ ਲੱਗਾ ਆ ਇਹ ਗਰੀਬਾਂ ਦੇ ਪੈਸੇ ਲੱਗੇ ਹੋਆ ਜਿਹੜੇ ਇਹਦੇ ਵਿੱਚ ਰੁਪਈਆ ਰੁਪਈਆ ਜੋੜ ਕੇ ਉਹਨਾਂ ਨੇ ਆਪਣੇ ਬੱਚਿਆਂ ਵਾਸਤੇ ਆਪਣੇ ਰੱਖਿਆ ਆ ਲੇਕਿਨ ਉਹ ਪੈਸਾ ਵੀ ਇਹ ਬੈਂਕਾਂ ਤੇ ਇਹ ਮਿਊਚੁਅਲ ਫੰਡ ਵਾਲੇ ਜਾਂ ਇਹ ਜਿਹੜੇ ਹੈਗੇ ਆ ਇਹ ਸਾਰੇ ਖਾ ਰਹੇ ਆ ਇਹ ਟੈਕਸ ਵੀ ਲੈ ਰਹੇ ਆ ਲੋਕਾਂ ਦੇ ਕੋਲੋਂ ਲੋਕਾਂ ਦਾ ਪੈਸਾ ਖਾ ਵੀ ਰਹੇ ਆ ਬਹੁਤ ਬੁਰੇ ਹਾਲਾਤ ਇਸ ਟਾਈਮ ਦੇ ਆਰ ਯੂ ਰੈਡੀ ਟੂ ਸਟੱਡੀ ਵੀ ਹੈਵ ਦ ਹੋਸ਼ਿਆਰਪੁਰਸ ਨੰਬਰ 1 ਇੰਸਟੀਟਿਊਟ ਵੈਲ ਇਕਵਿਪਡ labs with modern facilities. For more information, log on to www.hisexcellent.com. Admission open for the season 2021. His Excellent Institutes of Medical, Non-Medical and Commerce.